स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने यूट्यूब चैनल जो सबसक्राइब कर लिओ। सो किसी भी वीर ने इदां दी ऐड करवाउणी होवे तां मेरा कॉन्टैक्ट नंबर है 84 270 19 817। सो अज दी वीडियो विच आपां तुहानूं 6 बैड़ा दिखाउणी जांगे। इक्को करो कोई व्यापार वगैरह दा कम नहीं, कोई 20 दी सूई दे दो ताजियां सूईयां जां महीने महीने दीआं ਅਤੇ ਵਿੱਚ ਇਹਦੇ ਗੱਬਣਾ ਸਾਰਾ ਲੋਟ ਪਕਾਊ ਹੈ ਜੋ ਤੁਸੀਂ ਦੇਖਦੇ ਬਾਈ। 6 ਦੇ 6 ਨਗ ਡੇਅਰੀ ਦੁੱਧ ਪਾਉਂਦੇ ਸੀ ਬਾਈ, ਘਰ ਦਾ ਨੌਕਰ ਦੀ ਪ੍ਰੋਬਲਮ ਹੋਣ ਦੇ ਕਾਰਨ ਸਾਰੇ ਪਸ਼ੂ ਸੇਲ ਆ। ਸੋ ਅੱਗੇ ਕਰਦੇ ਹਾਂ ਵੀਡੀਓ ਸਟਾਰਟ ਆਪਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਨਾਮ ਐਡਰੈਸ ਬੋਲਦੇ ਜੀ। ਏਰੀਆ ਆਪਣਾ ਪਰਮੇਲ ਸਿੰਘ ਜੀ, ਪਿੰਡ ਚਿਤੌੜ ਕਲਾਂ, ਜ਼ਿਲ੍ਹਾ ਮਲੇਰਕੋਟਲਾ ਜੀ, ਨਜ਼ਦੀਕ। ਠੀਕ ਹੈ। ਅਤੇ ਆਪਾਂ ਨੂੰ ਮਲੇਰਕੋਟਲਾ ਕਿੰਨਾ ਦੂਰ ਪੈ ਗਿਆ ਇੱਥੋਂ? 10 ਕਿਲੋਮੀਟਰ ਹੈ ਜੀ। ਅਤੇ ਰਾਏਕੋਟ ਕਿੰਨਾ ਪੈ ਗਿਆ? 30 ਕਿਲੋਮੀਟਰ। 30 ਕਿਲੋਮੀਟਰ, ਹਾਂਜੀ ਠੀਕ ਹੈ। ਪਿੰਡ ਹੈਗਾ ਜਿਤਵਾਲ ਕਲਾਂ, ਨੇੜੇ ਹੈਗਾ ਕੁੱਪ ਕਲਾਂ। ਅਤੇ ਮੋਬਾਈਲ ਨੰਬਰ ਦੱਸੋ ਆਪਣੇ। 98 554 658 98 554 658 658 658। ਕੀ ਕਾਰਨ ਬਣਿਆ ਸਾਰੇ ਪਸ਼ੂ ਪਕਾਊ ਕਰਦੇ ਇਕੱਠੇ ਆਪਾਂ ਜੀ? ਬੰਦੇ ਦੀ ਪ੍ਰੋਬਲਮ, ਠੀਕ ਹੈ, ਮੁਲਾਜ਼ਮ ਦੀ ਪ੍ਰੋਬਲਮ ਹੋਣ ਕਾਰਨ। ਹਾਂਜੀ ਹਾਂਜੀ, ਬੰਦੇ ਦੀ ਪ੍ਰੋਬਲਮ ਕਰਕੇ ਔਖਾ ਜੀ, ਬੰਦੇ ਬਿਨਾਂ ਹੈ ਕੁਛ ਨਹੀਂ। ਠੀਕ ਹੈ, ਸਾਹਮਣੇ ਬਹੁਤ ਔਖਾ। ਠੀਕ ਹੈ, ਬੈੜਾ ਆਪਣੇ ਦੋਤੇ ਲਾਈਆਂ ਵੀ ਸੀਗੇ? ਹਾਂਜੀ, ਸਾਰੀਆਂ ਦੋਤੇ ਲਾਈਆਂ। ਠੀਕ ਹੈ। ਇਹ 6 ਦੇ 6 ਬੈੜਾ ਹੈਗੇ ਪਕਾਊ, ਅਤੇ ਵੇਚਣੇ ਆਪਾਂ ਮੱਝਾਂ ਵੀ ਉਹ ਹੈਗੇ ਕਰਕੇ ਕੱਚੀਆਂ। ਹਾਂਜੀ, ਸਭ ਦਾ ਅਲੱਗ ਆਪਾਂ ਕਵਰ ਕਰਾਂਗੇ। ਅਤੇ ਜਿਹੜੀ ਪਹਿਲੇ ਨੰਬਰ 'ਤੇ ਆਪਾਂ ਬੈੜ ਦੇਖਦੇ ਪਏ ਹਾਂ, ਕਿੰਨੇ ਟਾਈਮ ਦੀ ਸੂਈ ਵੀ ਹੈ ਇਹਨੂੰ? ਅੱਜ ਹੋ ਗਈ 27-28 ਦਿਨ ਹੋ ਗਏ। ਠੀਕ ਆ। ਬੱਚਾ ਇਹਦਾ? ਬੱਸੀ ਹੈ ਜੀ, ਉਹ ਫੜੀ ਹੈ ਜੀ, ਐਰ ਸੈਲ 'ਚ ਪੈਂਦੀ ਹੈ ਜੀ। ਸੋ ਵੀਰ, ਪਹਿਲਾ ਸੂਆ ਜਿਹੜੀ ਬੈੜ ਸੂਈ ਹੋਈ ਹੈ ਉਹਦੀ ਬੱਚੀ ਆ, ਦੇਖ ਸਕਦੇ ਹੋ ਐਰ ਸੈਲ ਬਰੀਡ ਦੇ ਵਿੱਚ ਕੱਖ ਵਗੈਰਾ ਵੀ ਖਾਣ ਲੱਗ ਗਈ, ਅਤੇ ਮਹੀਨੇ ਦੀ ਮੰਨ ਕੇ ਚਲੋ 27 ਦਿਨ ਹੋ ਗਏ ਸੂਈ ਨੂੰ। ਅਤੇ ਜੇਰ ਜੂਰ ਸਹੀ ਪੈ ਗਈ ਸੀਗੀ? ਹਾਂਜੀ ਹਾਂਜੀ, ਬਿਲਕੁਲ। ਠੀਕ ਆ। ਅਤੇ ਦੁੱਧ ਕਿੰਨਾ ਜਿਹੜਾ ਹੁਣ ਆਪਾਂ ਝੋਨੇ ਆ? 15 ਲੀਟਰ ਨਿਕਲੂ ਜਮਾ ਇੰਨਾ? ਹਾਂਜੀ ਹਾਂਜੀ। ਅਤੇ ਮੁੱਲ ਇਹਦਾ ਕੀ ਰੱਖਿਆ? ਮੁੱਲ ਇਹਦਾ 45 ਹਜ਼ਾਰ ਕਰ ਦਿਓ ਮਾੜੀ ਯੂਰੀ ਨੂੰ। ਮੁੱਲ 45 ਹਜ਼ਾਰ, ਪਿੱਛੇ ਬੱਚੀ ਹੈਗੀ ਆ। ਪਹਿਲਾ ਸੂਆ ਸੂਈ ਵੀ ਆ, 15 ਕਿਲੋ ਦੁੱਧ ਆ। ਥਾਣ ਲੇਵਾ ਦੇਖੋ ਸਾਫ਼ ਸੁਥਰੀ, ਥਾਣ ਹਵਾਨੇ ਦੀ ਮਿਲਕ ਮੇਨ ਵਗੈਰਾ ਵੀ ਚੰਗੀ ਜਾਂਦੀ ਪਈ ਆ, ਸਾਡੀ ਸਾਰੇ ਫੇਸ ਕੁਆਲਿਟੀ ਵਗੈਰਾ, ਇਹ ਥਾਣ ਹਵਾਨੇ ਹੀ ਚੰਗੀ ਆ। ਸਾਰੀ ਸਰ ਥਾਣ ਹਵਾਨਾ ਵਰਗੇ ਠੰਡੀ ਠੁੰਡੀ ਦੇ ਸਕਦਾ ਥਾਣਾ ਨਾ ਸਲਵਾ ਲੈਂਦੇ, ਕੋਈ ਚੱਕਰ ਵਾਲੀ ਗੱਲ ਨਹੀਂ ਇਹਦੇ। ਚਲੋ ਦੇਖੋ 45 ਹਜ਼ਾਰ ਰੁਪਇਆ ਭਾਅ ਇਹਦਾ, ਥਾਣਾ ਹਵਾਨਾ ਨੀਰ ਤੱਕ ਭਰ ਕੇ ਦੇਖੋ। ਅਤੇ ਅੱਗੇ ਦੂਜੇ ਨੰਬਰ 'ਤੇ ਹੈਗੀ ਜਰਸੀ। ਹਾਂਜੀ। ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਜੀ? ਵੀਰ ਜੀ ਇਹਨੂੰ 27-28 ਦਿਨ ਇਹਨੂੰ ਹੋਏ ਜੀ। ਸੇਮ ਹੀ ਸੂਈਆਂ ਵੀ? ਇਹ ਕਿਹੜਾ ਸੂਆ ਸੂਈ ਬਈ? ਇਹ ਦੂਏ ਸੂਆ ਜੀ। ਠੀਕ ਆ। ਇਹਦੀ ਬੱਚੀ? ਸੋ ਵੀਰ, ਦੂਜੇ ਨੰਬਰ ਵਾਲੀ ਦੇਖ ਸਕਦੇ ਹੋ ਬੱਚੀ, ਜਰਸੀ ਬਰੀਡ ਦੀ ਬੱਚੀ ਹੈ, ਵੈਸੇ ਪੰਜਾਬ ਵਾਲੀ ਜਰਸੀ ਬਣਨਾ ਇਹਨੇ ਜਾ ਕੇ, ਪੂਰੀ ਚੰਗੀ ਫੁੱਲ ਬਰੀਡ ਦੇ ਵਿੱਚ। ਅਤੇ ਬੱਚੀ ਬਹੁਤ ਪਿਆਰੀ ਹੈ, ਮਹੀਨੇ ਦੀ ਬੱਚੀ ਆ, ਅਤੇ ਬੱਚੇ ਦੋਨੇ ਪਾਲਣ ਲਾਇਕ ਆ ਪਿੱਛੇ ਦੇ। ਇਹ ਜਰਸੀ ਥੱਲੇ ਦੁੱਧ ਕਿੰਨਾ ਜੀ ਹੁਣ? 16 ਲੀਟਰ ਆ ਜੀ। 16 ਲੀਟਰ ਭਾਅ ਕੀ ਇਹਦਾ? ਭਾਅ ਇਹਦਾ 65 ਹਜ਼ਾਰ। ਸੋ ਵੀਰ, ਭਾਅ 65 ਹਜ਼ਾਰ ਰੁਪਇਆ 16 ਲੀਟਰ ਦੁੱਧ ਆ, ਸੂਈ ਨੂੰ ਮਹੀਨਾ ਹੋ ਗਿਆ। ਆ ਦੇਖ ਸਕਦੇ ਮੁੱਲ 65 ਹਜ਼ਾਰ ਰੁਪਇਆ। ਆ ਥਾਣਾ ਵਾਣਾ ਦੇਖੋ, ਨਾੜਾ ਵਗੈਰਾ ਚੰਗੇ ਦਿਖਾਈ ਦਿੰਦੇ ਹੋਣਗੇ। 2 ਵਜੇ ਦਾ ਟਾਈਮ ਆਪਣਾ ਵੀਡੀਓ ਕਵਰ ਕਰਨ ਦਾ, ਉਸ ਹਿਸਾਬ 'ਤੇ ਗਿਸ ਕਰ ਲਿਓ। ਅਤੇ ਦੂਸਰਾ ਸੂਆ ਬੈੜ ਹੈ, ਸੂਈ ਹੋਈ ਹੈ। ਸੋ ਬਾਕੀ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਵਗੈਰਾ, ਚੰਗੀ ਪੰਜਾਬ ਵਾਲੀ ਜਰਸੀ ਆ, ਅਤੇ ਗਰਮੀ ਦੇ ਵਿੱਚ ਵੀ 16 ਲੀਟਰ ਦੁੱਧ ਇਸ ਵਕਤ ਦਿੰਦੀ ਪਈ ਹੈ। ਸੋ ਵੀਰ, ਥਾਣ ਹਵਾ ਨਾ ਦੇਖੋ ਨੇੜੇ ਤੋਂ, ਬਾਕੀ ਠੰਡੀ ਵਗੈਰਾ ਪੂਰੀ ਫੁੱਲ ਆ ਗਈ। ਠੀਕ ਹੈ। ਹੁਣ ਸਹੀ 16 ਲੀਟਰ ਆ ਜਮਾ ਤੁਹਾਡੀ ਆਪ ਨੋਰਮਲ ਸੇਵਾ ਜਿਵੇਂ ਆਪ? ਹਾਂਜੀ, ਨੋਰਮਲ ਸੇਵਾ। ਠੀਕ ਹੈ। ਜੇ ਮੰਨ ਲਾ ਆਪਾਂ ਜ਼ੋਰ ਵਗੈਰਾ ਲਾ ਕੇ ਚੋਣਾ ਹੋਵੇ ਤਾਂ ਕਿੰਨਾ? 20 ਲੀਟਰ ਕਰ ਦੂੰਗੀ। 20 ਲੀਟਰ 20 ਲੀਟਰ ਕਰੂੰਗੀ। ਜੇ ਪਸ਼ੂ ਤੁਹਾਡੇ ਯਾਦ ਆ ਕਾਫੀ, ਹੈ ਨਾ? ਹਾਂਜੀ, ਜਿਹਦੀ ਸਾਂਭ ਸੰਭਾਲ ਲਈ ਨਾ ਹੁੰਦੀ। ਠੀਕ ਹੈ। ਸੋ ਵੀਰ, ਇਹਦਾ ਮੁੱਲ ਹੈਗਾ 65 ਹਜ਼ਾਰ ਰੁਪਏ ਥਾਣ ਲੇਵਾ ਦੇਖੋ ਨੇੜੇ ਤੋਂ। ਸੋਹਣਾ ਮੁੱਠੀ ਵਾਲਾ ਥਾਣਾ, ਠੰਡੀ ਵਗੈਰਾ ਪੂਰੀ ਫੁੱਲ ਆ, ਅਤੇ ਨਾੜਾ ਨੂੜਾ ਬਹੁਤ ਚੰਗੀ। ਅਤੇ ਅੱਗੇ ਆ ਗਈ ਤੀਜੇ ਨੰਬਰ ਵਾਲੀ ਫਿਰ ਜਰਸੀ। ਇਹ ਵੀ ਜਰਸੀ ਹੈ। ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ? ਇਹਨੂੰ ਅੱਜ 15-16 ਦਿਨ। ਬੱਚਾ ਇਹਦਾ? ਬੱਚੇ ਦਾ ਮਰ ਗਿਆ। ਅਤੇ ਜੇਰ ਜੂਰ ਸਹੀ ਪੈ ਗਈ? ਹਾਂ ਬਿਲਕੁਲ ਸਹੀ, ਬਿਲਕੁਲ ਸਹੀ। ਅਤੇ ਦੁੱਧ ਹੁਣ ਕਿੰਨਾ ਜਿਹੜਾ ਚੋਨੇ ਆ? ਹੈਗਾ 18 ਲੀਟਰ। 18 ਲੀਟਰ, ਹਾਂਜੀ। ਅਤੇ ਮੁੱਲ ਇਹਦਾ ਕੀ ਹੈ ਜੀ? ਮੁੱਲ ਇਹਦਾ 55 ਹਜ਼ਾਰ। ਮੁੱਲ 55 ਹਜ਼ਾਰ, 18 ਲੀਟਰ ਨਿਕਲੂ ਜਾਂ ਬਾਈ? ਹਾਂਜੀ ਹਾਂਜੀ ਹਾਂਜੀ। ਸੋ ਵੀਰ, 18 ਲੀਟਰ ਦੁੱਧ ਜਮਾਂ ਰੈਡੀ ਆ, ਮੁੱਲ 55 ਹਜ਼ਾਰ ਆ। ਦੇਖੋ ਥਾਣ ਥੂਣ ਬਹੁਤ ਚੰਗਾ, ਧਾਰਾ ਧੂੜਾ ਵੀ ਬਹੁਤ ਚੰਗੇ ਇਹਦੇ, ਦੇਖ ਸਕਦੇ ਹੋ। ਮੁੱਲ 55 ਹਜ਼ਾਰ ਰੁਪਏ, ਫੇਸ ਕੁਆਲਿਟੀ ਵਗੈਰਾ ਚੰਗੀ, ਸਮੀ ਭਲੀ ਜਾਣ ਵਾਲੀ ਇਹ ਵੀ ਹੈਗੀ ਹੈ। ਅਤੇ ਤੀਸਰੇ ਨੰਬਰ 'ਤੇ ਬੱਚਾ ਐਕਸਪਾਇਰ ਆ, ਅਤੇ ਨਿਆਣਾ ਪਾਉਣਾ ਪੈਂਦਾ ਫਿਰ ਚੋਣ? ਠੀਕ ਹੈ। ਸੋ ਇਹ ਸੀਗੀ ਤੀਸਰੇ ਨੰਬਰ 'ਤੇ ਜਰਸੀ। ਅਤੇ ਅੱਗੇ ਚੌਥੇ ਨੰਬਰ 'ਤੇ ਆ ਗਈ ਥੋੜ੍ਹੀ ਕ੍ਰੋਸ ਗਰਮੀ ਦੇ ਵਿੱਚ, ਇਹ ਕਿਹੜਾ ਸੂਆ ਸੂਈ ਬਈ? ਇਹ ਦੂਜੀ ਸੂਈ। ਇਹਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ? ਇਹਨੂੰ ਹੋ 17-18 ਦਿਨ ਹੋ ਗਏ ਜੀ। 6 ਮਹੀਨੇ 1-2 ਦਿਨ ਦਾ ਫਰਕ ਹੈ ਜੀ। ਬੱਚਾ ਇਹਦਾ ਵੀ ਐਕਸਪਾਇਰ? ਬੱਚਾ ਇਹਦਾ ਐਕਸਪਾਇਰ ਹੈ ਜੀ। ਅਤੇ ਸੂਆ ਕਿਹੜਾ ਸੂਈ ਬਈ? ਦੂਜੇ ਸੂਏ ਜੀ। ਦੁੱਧ ਜਿਹੜਾ ਚੋਣਿਆ ਕਿੰਨਾ ਹੈਗਾ? ਇਹ ਥੱਲੇ ਹੈਗਾ ਵੀਰੇ 24 ਲੀਟਰ। 24 ਲੀਟਰ ਦੁੱਧ ਦੇ, ਠੰਡੀ ਵਗੈਰਾ ਪੂਰੀ ਫੁੱਲ ਆ ਜੀ। ਠੀਕ ਹੈ। ਸੋ ਥਾਣ ਲੇਵਾ ਦੇਖੋ ਨੇੜ ਤੋਂ, ਸੋਹਣਾ। ਅਤੇ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ? ਅੱਗੇ ਵੜੀ ਹੈ ਮੁੱਲ ਇਹਦਾ 75 ਹਜ਼ਾਰ। ਅਤੇ ਕਿੰਨਾ ਦੁੱਧ ਜਵਾ ਲਓਗੇ ਜਮਾਂ ਇਸ ਨਿਬੜੂ ਵੀਰੇ? 24 ਲੀਟਰ ਆਰਾਮ ਨਾਲ ਹੱਸ ਕੇ ਨਿਬੜੂ ਜਮਾਂ 24? ਹਾਂਜੀ ਹਾਂਜੀ। ਸੋ ਵੀਰੇ, 24 ਲੀਟਰ ਦੁੱਧ ਵੀਰ ਕਹਿੰਦੇ ਜਮਾਂ ਨਿਬੜੂਗਾ।
ਮੁੱਲ 75,000 ਆ ਦੇਖੋ ਥਾਣਾ ਥੋਣਾ ਦੀ ਸਾਫ਼ ਆ ਤੋਰ ਕਾ ਪਤਾ ਨਹੀਂ ਸੀਗਾ ਜੇ ਨੱਕ ਥੋੜੇ ਜ਼ਿਆਦੇ ਆ ਇਹਦਾ ਗਰਮੀ ਕਰਕੇ 30 ਲੀਟਰ ਤੇ ਜਾਂਦੀ ਨਾ ਅੱਗੇ ਆ ਗਈ 5ਵੇਂ ਨੰਬਰ ਦੇ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ 4 ਮਹੀਨਿਆਂ ਦੀ ਗੱਬਣਾ ਵੀਰ ਜੀ 15 ਲੀਟਰ ਦੁੱਧ ਹਾਜ਼ਰ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂ ਚੈੱਕ ਪਾਸ 15 ਲੀਟਰ ਦੁੱਧ ਹਾਜ਼ਰ ਹੈ 15 ਲੀਟਰ ਤੇ ਸੂਆ ਕਿਹੜਾ ਸੂਈ ਹੋਈ ਹੈ ਜੀ ਬਲੂਨ ਸੂਆ ਬਲੂਨ ਸੂਈ ਹੈ ਦੂਸਰੇ ਸੂਈ ਲਈ ਗੱਬਣਾ ਹਾਂਜੀ ਬਾਕੀ ਨਾੜਾ ਵਗੈਰਾ ਦੇਖੋ ਥਣ ਥਣ ਬਹੁਤ ਚੰਗਾ ਠੰਡੀ ਪੂਰੀ ਫੁੱਲ ਜਾਓ ਠੰਡੀ ਵਾਲੇ ਬੇਫਿਕਰ ਜਮਾ ਕੋਈ ਦਿੱਕਤਰੀ ਕਰਨੀ ਮੈਂ ਥਣ ਹੱਥ ਵਗੈਰਾ ਲੈ ਚੱਲੋ ਤੇ ਇਹਦਾ ਫਿਰ ਨੈਟ ਜੇ ਦੇਣ ਲੈਣਾ ਕੀ ਰੱਖਿਆ ਜੀ ਇਹਦਾ 45,000 45,000 ਗੱਬਣ ਜਮਾ ਚੈੱਕ ਦੀ ਸੱਦੀ ਆਦੀ ਕਰਾ ਲੈ ਬੰਦਾ ਜਿਵੇਂ ਮਰਜ਼ੀ ਚੈੱਕ ਕਰਾ ਲੈ ਕੋਈ ਤਸੱਲੀ ਹੋ ਗਈ ਠੀਕ ਹੈ ਤੇ ਅੱਗੇ 6ਵੇਂ ਨੰਬਰ ਤੇ ਬੈਠ ਫੇਰ ਆ ਗਈ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਜੀ 16 ਲੀਟਰ ਆ ਜੀ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਬੱਚਾ ਇਹਦਾ ਵੀ ਹੈ ਨਹੀਂ ਬੱਚਾ ਇਹਦਾ ਵੀ ਹੈ ਬੱਚਾ ਇਹਦੇ ਮੈਂ 16 ਲੀਟਰ ਦੁੱਧ ਹੈਗਾ ਜਮਾ 16 ਲੀਟਰ ਤੇ ਇਹਦਾ ਭਾਅ ਕੀ ਹੈ ਜੀ 55,000 ਤੇ ਠੰਡੀ ਵਗੈਰਾ ਇਹ ਵੀ ਬਹੁਤ ਹੈ ਠੀਕ ਹੈ ਤੇ ਥਾਂਡੇ ਵਾ ਦੇਖੋ ਨੇੜ ਤੋਂ ਸੋ ਪਸ਼ੂ ਵੀਰਾਂ ਦੇ ਸਾਰੇ ਚੰਗੇ ਆ ਬੱਲੇ ਵਾਲੀ ਪ੍ਰੋਬਲਮ ਕਾਰਨ ਸੇਲ ਕੀਤੇ ਹੈਗੇ ਆ ਦੇਖੋ 6 ਬੈੜਾ ਤੇ ਇਹਨਾਂ ਦੇ ਵਿੱਚੋਂ ਮੰਨ ਲਾ ਸਾਰੀਆਂ ਸੂਈਆਂ ਹੋਈਆਂ ਨਾ ਹਾਂਜੀ ਆਹ 4 ਮਹੀਨੇ ਦੀ ਗੱਬਣ ਆ ਗਈ 5ਵੇਂ ਨੰਬਰ ਵਾਲੀ ਸੋ 6ਵਾਂ ਨੰਬਰ ਮਹੀਨਾ ਹੋ ਗਿਆ ਸੂਈ ਨੂੰ ਮਹੀਨਾ ਹਾਂ ਮਹੀਨਾ ਹੋ ਗਿਆ ਸੂਈ ਨੂੰ 16 ਲੀਟਰ ਦੁੱਧ ਹੈ 16 ਲੀਟਰ ਦੁੱਧ ਤੇ 5ਵੇਂ ਨੰਬਰ 4 ਮਹੀਨੇ ਦੀ ਗੱਬਣ ਦੁੱਧ ਕਿੰਨਾ ਇਹਦੇ 15 ਲੀਟਰ ਦੁੱਧ ਹੈ ਜੀ 15 ਲੀਟਰ ਦੁੱਧ ਭਾਜ ਦਾ 45,000 ਤੇ ਚੌਥਾ ਨੰਬਰ ਕਿੰਨਾ ਦੱਸਿਆ ਸੀ ਆਪਾਂ ਇਹਦੇ 24 ਲੀਟਰ ਦੁੱਧ ਜੀ 24 ਲੀਟਰ ਦੁੱਧ ਤੇ ਭਾਜ ਜੀ 75,000 ਤੇ ਤੀਜਾ ਨੰਬਰ ਜਰਸੀ ਜੀ ਇਹਦਾ 55,000 ਦੀ 18 ਲੀਟਰ ਦੁੱਧ ਹੈ ਜੀ ਤੇ ਦੂਜਾ ਨੰਬਰ ਜੀ ਦੂਜਾ ਨੰਬਰ ਹੈਗਾ ਜੀ ਇਹਦੇ 16 ਲੀਟਰ ਦੁੱਧ 16 ਲੀਟਰ ਦੁੱਧ ਭਾ 65,000 ਪਹਿਲਾ ਨੰਬਰ ਜੀ ਉਹ ਇਸਲੇ ਹੈਗਾ ਜੀ 15 ਲੀਟਰ ਦੁੱਧ 45,000 ਠੀਕ ਹੈ ਤੇ ਨੰਬਰ ਬੋਲਿਆ ਕੋਈ ਫੇਰ ਆਪਣੇ 98,554 ਜੀ 56,658 खरीदारी कर सकते हो सो वीडियो देखने सब का तहे दिलों धन्यवाद जल्द मिल जाए किसी नवी होर वीडियो।